ਸਤਿ ਸ਼੍ਰੀ ਅਕਾਲ ਦਰਸ਼ਕੋ, ਅੱਜ ਦਾ ਸਾਡੀ ਚਰਚਾ ਦਾ ਵਿਸ਼ਾ ਹੈ ਕਿ IVF ਪ੍ਰੈਗਨੈਂਸੀ ਵਿੱਚ ਸਪੋਟਿੰਗ ਹੋਣ 'ਤੇ ਕੀ ਕਰਨਾ ਚਾਹੀਦਾ ਹੈ। ਸਾਡੇ ਕੋਲ ਪੇਸ਼ੈਂਟਸ ਹੁੰਦੇ ਹਨ ਜਿਨ੍ਹਾਂ ਦੀ IVF ਹੁੰਦੇ ਹੈ, IVF ਤੋਂ ਬਾਅਦ ਪ੍ਰੈਗਨੈਂਸੀ ਹੁੰਦੀ ਹੈ, ਔਰ ਪ੍ਰੈਗਨੈਂਸੀ ਤੋਂ ਬਾਅਦ ਅਰਲੀ ਪ੍ਰੈਗਨੈਂਸੀ ਵਿੱਚ ਥੋੜ੍ਹਾ ਥੋੜ੍ਹਾ ਖੂਨ ਦਾ ਦਾਗ ਲੱਗਦਾ ਹੈ। ਕੁਝ ਪੇਸ਼ੈਂਟਸ ਨੂੰ ਅਸੀਂ ਪਹਿਲੇ ਹੀ ਸਮਝਾ ਕੇ ਭੇਜਦੇ ਹਾਂ ਕਿ ਇਹ ਫਸਟ ਏਡ ਹੈ, ਇਹ ਇਸ ਤਰ੍ਹਾਂ ਤੁਸੀਂ ਟ੍ਰੀਟਮੈਂਟ ਲੈ ਲੈਣੀ ਹੈ, ਜੇ ਸਪੋਟਿੰਗ ਹੋ ਜਾਵੇ ਤਾਂ ਘਬਰਾਉਣਾ ਨਹੀਂ ਹੈ। ਤਾਂ ਮੈਂ ਸੋਚਿਆ ਕਿ ਇਹਦੇ ਉੱਤੇ ਵੀਡੀਓ ਬਣਾਈ ਜਾਏ ਤਾਂ ਕਿ ਅਸੀਂ ਵੀਡੀਓ ਦਾ ਲਿੰਕ ਪੇਸ਼ੈਂਟ ਨਾਲ ਸ਼ੇਅਰ ਕਰ ਸਕੀਏ ਕਿ ਹੁਣ ਸਪੋਟਿੰਗ ਹੋ ਰਹੀ ਹੈ ਅਤੇ ਹੁਣ ਅੱਗੇ ਕੀ ਕੀਤਾ ਜਾਏ। ਜਦੋਂ ਵੀ ਕੋਈ ਵੀ IVF ਪ੍ਰੈਗਨੈਂਸੀ ਹੁੰਦੀ ਹੈ ਤਾਂ ਅਸੀਂ ਪੇਸ਼ੈਂਟਸ ਨੂੰ ਸਮਝਾਉਂਦੇ ਹਾਂ ਕਿ ਇਹ ਨੈਚੁਰਲ ਪ੍ਰੈਗਨੈਂਸੀ ਤੋਂ ਥੋੜ੍ਹੀ ਜਿਹੀ ਡਿਫਰੈਂਟ ਹੈ। ਨੈਚੁਰਲ ਪ੍ਰੈਗਨੈਂਸੀ ਜਿਹੜੀ ਹੈ ਉਹ ਟਿਊਬਾਂ ਤੋਂ ਬੱਚੇਦਾਨੀ ਵਿੱਚ ਆਉਂਦੀ ਹੈ, ਇਹਦੇ ਵਿੱਚ ਅਸੀਂ ਨੀਚੇ ਹੁੰਦੀ ਬੱਚੇਦਾਨੀ ਵਿੱਚ ਐਮਬਰੀਓਸ ਰੱਖਦੇ ਹਾਂ। ਸੋ IVF ਪ੍ਰੈਗਨੈਂਸੀ ਦੀ ਪਲੈਸੈਂਟੇਸ਼ਨ ਨੈਚੁਰਲ ਪ੍ਰੈਗਨੈਂਸੀ ਦੀ ਪਲੈਸੈਂਟੇਸ਼ਨ ਤੋਂ ਜਾਂ ਔਲ ਬਣਨ ਤੋਂ ਥੋੜ੍ਹਾ ਜਿਹਾ ਫਰਕ ਹੁੰਦਾ ਹੈ। ਥੋੜ੍ਹਾ ਥੋੜ੍ਹਾ ਖੂਨ ਦਾ ਦਾਗ ਪ੍ਰੈਗਨੈਂਸੀ ਵਿੱਚ ਲੱਗਣਾ ਬਹੁਤ ਜ਼ਿਆਦਾ ਐਬਨੋਰਮਲ ਨਹੀਂ ਮੰਨਿਆ ਜਾਂਦਾ। ਅਸੀਂ ਪੇਸ਼ੈਂਟ ਨੂੰ ਸਿਰਫ ਕਾਊਂਸਲ ਕਰਦੇ ਹਾਂ ਕਿ ਇਹ ਫਸਟ ਏਡ ਟ੍ਰੀਟਮੈਂਟ ਜਾਂ ਜਿਹੜੀ ਟ੍ਰੀਟਮੈਂਟ ਦੱਸੀ ਗਈ ਹੈ ਉਹ ਲੈ ਲਓ ਅਤੇ ਥੋੜ੍ਹੀ ਦੇਰ ਵੇਟ ਕਰੋ, ਪੈਨਿਕ ਨਾ ਕ੍ਰੀਏਟ ਕਰੋ। ਕੁਝ ਪੇਸ਼ੈਂਟਸ ਬਹੁਤ ਪੈਨਿਕ ਕ੍ਰੀਏਟ ਕਰਦੇ ਹਨ ਕਿ ਸਪੋਟਿੰਗ ਹੋ ਗਈ, ਹੁਣ ਤਾਂ ਪ੍ਰੈਗਨੈਂਸੀ ਨਹੀਂ ਰਹਿਣੀ। ਮੇਰੇ ਕੋਲ ਕਿੰਨੀ ਵਾਰ ਰਾਤ ਬਿਰਾਤ ਦਿਨ ਵੇਲੇ ਵੀ ਪੇਸ਼ੈਂਟ ਦੇ ਫੋਨ ਆਉਂਦੇ ਹਨ ਔਰ ਉਹ ਫੋਨ 'ਤੇ ਹੀ ਬਹੁਤ ਜ਼ਿਆਦਾ ਰੋਣ ਲੱਗ ਜਾਂਦੇ ਹੈ ਕਿ ਹੁਣ ਤਾਂ ਜੀ ਇਹ ਖਤਮ ਹੋ ਗਿਆ, ਇੰਨੇ ਪੈਸੇ ਬਰਬਾਦ ਹੋ ਗਏ। ਸੋ ਪੈਨਿਕ ਸਿਚੁਏਸ਼ਨ ਕ੍ਰੀਏਟ ਨਹੀਂ ਕਰਨੀ ਹੈ, ਰੀਅਲਿਸਟਿਕਲੀ ਸੋਚਣਾ ਹੈ ਕਿ ਜੇ ਸਪੋਟਿੰਗ ਹੋ ਰਹੀ ਹੈ ਤਾਂ ਹੁਣ ਇਹਦੇ ਵਿੱਚ ਅੱਗੇ ਕੀ ਕਰਨਾ ਹੈ। ਸਪੋਟਿੰਗ ਤੋਂ ਬਾਅਦ ਅਸੀਂ ਪੇਸ਼ੈਂਟ ਤੋਂ ਪੁੱਛਦੇ ਹਾਂ ਕਿ ਤੁਸੀਂ ਕਿੰਨੇ ਪੈਡਸ ਯੂਜ਼ ਕਰ ਰਹੇ ਹੋ। ਕੁਝ ਪੇਸ਼ੈਂਟ ਕਹਿੰਦੇ ਹਨ ਕਿ ਹਲੇ ਇੱਕ ਵੀ ਪੈਡ ਸੋਕ ਨਹੀਂ ਹੋਇਆ, ਇਹ ਤਾਂ ਬਿਲਕੁਲ ਹੀ ਦਵਾਈ ਨਾਲ ਜਾਂ ਟੀਕੇ ਨਾਲ ਠੀਕ ਹੋ ਸਕਦਾ ਹੈ। ਕੁਝ ਟੀਕੇ ਦੱਸੇ ਜਾਂਦੇ ਹਨ ਜਿਹੜੇ ਐਮਰਜੈਂਸੀ ਵਿੱਚ ਲਵਾਏ ਜਾਂਦੇ ਹਨ, ਅਸੀਂ ਨਾਲ ਪੈਕ ਵੀ ਕਰਕੇ ਦਿੰਦੇ ਹਾਂ ਪੇਸ਼ੈਂਟ ਨੂੰ ਜਿਹੜੇ ਥੋੜ੍ਹੇ ਦੂਰ ਦੇ ਏਰੀਆਜ਼ ਦੇ ਹੁੰਦੇ ਹਨ। ਗੋਲੀ ਅਤੇ ਟੀਕਾ ਕਰਕੇ ਜੋ ਹੋਸਪਿਟਲ ਵਿੱਚ ਕਰਨਾ ਹੈ ਉਹੀ ਪੇਸ਼ੈਂਟ ਕਰ ਸਕਦਾ ਹੈ ਅਤੇ 1-2-3 ਘੰਟੇ ਤੱਕ ਵੇਟ ਕਰਨਾ। ਇਹ ਜਿਹੜੀ ਸਪੋਟਿੰਗ ਹੈ ਇਹ ਸੈਟਲ ਹੋ ਜਾਂਦੀ ਹੈ ਇਹਨਾਂ ਗੋਲੀਆਂ ਅਤੇ ਟੀਕਿਆਂ ਨਾਲ, ਤਾਂ ਮੋਸਟ ਲਾਈਕਲੀ ਇਹ ਪ੍ਰੈਗਨੈਂਸੀ ਜਿਹੜੀ ਹੈਗੀ ਹੈ ਉਹ ਠੀਕ ਹੀ ਰਹਿੰਦੀ ਹੈ। ਫਿਰ ਵੀ ਜਦੋਂ ਕੰਫਰਟੇਬਲ ਹੋਵੇ ਅਸੀਂ ਸਕੈਨ ਕਰਕੇ ਦੇਖ ਲੈਂਦੇ ਹਾਂ ਕਿ ਇਹ ਠੀਕ ਹੈ ਜਾਂ ਨਹੀਂ ਹੈ। ਜਿੱਦਾਂ ਫੋਰ ਐਗਜ਼ਾਮਪਲ ਜੇ 6-7 ਹਫ਼ਤੇ 'ਤੇ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਉਹਦੇ ਵਿੱਚ ਜੇ ਹਾਰਟਬੀਟ ਆ ਚੁੱਕੀ ਹੈ ਤਾਂ ਸਕੈਨ ਕਰਕੇ ਹਾਰਟਬੀਟ ਚੈੱਕ ਕਰ ਲਿੱਤੀ ਜਾਂਦੀ ਹੈ। ਪਰ ਜਦੋਂ ਅਰਲੀ ਪ੍ਰੈਗਨੈਂਸੀ ਹੁੰਦੀ ਹੈ, ਜਿੱਦਾਂ ਹਲੇ ਹਾਰਟਬੀਟ ਆਉਣ ਤੋਂ ਪਹਿਲੇ 6 ਹਫ਼ਤੇ ਤੋਂ ਪਹਿਲੇ, ਉਹਦੇ ਵਿੱਚ ਸਕੈਨ ਵਿੱਚ ਕੁਝ ਖਾਸ ਇਨਫੋਰਮੇਸ਼ਨ ਨਹੀਂ ਮਿਲਦੀ ਹੈ ਔਰ ਅਸੀਂ ਇਸ ਲਈ ਪੇਸ਼ੈਂਟ ਨੂੰ ਸਿਰਫ ਕਹਿੰਦੇ ਹਾਂ ਕਿ ਤੁਸੀਂ ਇਹ ਸਾਰੀ ਟ੍ਰੀਟਮੈਂਟ ਲੈ ਕੇ ਅਤੇ ਵੇਟ ਐਂਡ ਵਾਚ ਕਰੋ। ਜਿਹੜੀ ਵੀ ਸਪੋਟਿੰਗ ਸੈਟਲ ਹੋ ਜਾਂਦੀ ਹੈ ਉਹ ਆਮ ਕਰਕੇ ਐਗਰਾਵੇਟ ਨਹੀਂ ਹੁੰਦੀ ਔਰ ਜੇ ਕਿਸੇ ਨੂੰ ਦੁਬਾਰਾ ਹੁੰਦੀ ਹੈ ਤਾਂ ਸੇਮ ਪ੍ਰੋਸੀਜਰ ਕਰਕੇ ਠੀਕ ਹੀ ਰਹਿੰਦਾ ਹੈ। ਪਰ ਜੇ ਇਹ ਸਪੋਟਿੰਗ ਸੈਟਲ ਨਹੀਂ ਹੋ ਰਹੀ ਹੈ ਤਾਂ ਅਸੀਂ ਤੁਰੰਤ ਹੋਸਪਿਟਲ ਵੀ ਬੁਲਵਾਉਂਦੇ ਹਾਂ। ਪਰ ਮੋਸਟ ਆਫ ਦਾ ਟਾਈਮਸ ਮੈਂ ਦੇਖਿਆ ਕਿ ਜੇ ਬਹੁਤ ਜ਼ਿਆਦਾ ਹੀ ਬਲੀਡਿੰਗ ਹੋਣ ਲੱਗ ਜੇ ਔਰ ਜਿਹੜੀ ਰੁਕੇ ਨਾ, ਉਹਦੇ ਵਿੱਚ ਡਾਕਟਰ ਵੀ ਕੁਝ ਖਾਸ ਨਹੀਂ ਕਰ ਸਕਦਾ। ਇਹ ਪ੍ਰੈਗਨੈਂਸੀ ਜਿਹੜੀ ਹੈਗੀ ਹੈ ਵੈਸੇ ਵੀ ਟਰਮ ਤੱਕ ਨਹੀਂ ਜਾਣੀ ਸੀ ਜਿਹੜੀ ਇਸ ਤਰੀਕੇ ਨਾਲ। ਕੁਝ ਪੇਸ਼ੈਂਟਸ ਅਨਰੀਅਲਿਸਟਿਕ ਐਕਸਪੈਕਟੇਸ਼ਨ ਰੱਖਦੇ ਹਨ ਕਿ ਹੁਣ ਡਾਕਟਰ ਜੀ ਕੋਈ ਟੀਕਾ ਲਗਾ ਦੇਣਗੇ ਜਿਹਦੇ ਨਾਲ ਬਸ ਇਹ ਹੁਣ ਜਾਦੂ ਹੋ ਜਾਏਗਾ। ਇਸ ਤਰ੍ਹਾਂ ਦਾ ਕੁਛ ਨਹੀਂ ਹੈ, ਕੁਝ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ਜਿਨ੍ਹਾਂ ਨਾਲ ਇਹ ਠੀਕ ਕਰ ਸਕਦੇ ਹਾਂ, ਔਰ ਜੇ ਇਹ ਨਹੀਂ ਹੋ ਸਕਦਾ ਤਾਂ ਫਿਰ ਸਾਨੂੰ ਐਕਸੈਪਟ ਕਰਨਾ ਪੈਂਦਾ ਹੈ ਕਿ ਹਾਂ ਇਹ ਅਬੋਰਸ਼ਨ ਹੋ ਗਈ ਹੈ ਜਾਂ ਹੋ ਚੁੱਕੀ ਹੈ ਜਾਂ ਹੋਣ ਵਾਲੀ ਹੈ ਜਾਂ ਇਨ ਦਾ ਪ੍ਰੋਸੈਸ ਆਫ ਐਕਸਪਲਸ਼ਨ ਹੈ। ਸੋ ਜਦੋਂ ਵੀ ਥੋੜ੍ਹਾ ਬਹੁਤ ਖੂਨ ਦਾ ਦਾਗ ਲੱਗੇ ਤਾਂ ਪੈਨਿਕ ਸਿਚੁਏਸ਼ਨ ਨਾ ਕ੍ਰੀਏਟ ਕਰੋ ਔਰ ਉਸਦੀ ਜੋ ਟ੍ਰੀਟਮੈਂਟ ਦੱਸੀ ਗਈ ਹੈ ਉਸਨੂੰ ਕਰੋ, ਵੇਟ ਐਂਡ ਵਾਚ ਕਰੋ, ਔਰ ਜੇ ਇਹ ਠੀਕ ਨਹੀਂ ਹੋ ਰਹੀ ਹੈ ਤਾਂ ਹੋਸਪਿਟਲ ਆ ਕੇ ਇੱਕ ਵਾਰੀ ਸਮਝ ਲਓ ਕਿ ਕੀ ਕਰਨਾ ਹੈ। ਆਈ ਹੋਪ ਇਹ ਵੀਡੀਓ ਜਿਹੜੀ ਹੈਗੀ ਹੈ ਜਨਰਲ ਪਬਲਿਕਲੀ ਇਨਫੋਰਮੇਟਿਵ ਹੋਏਗੀ ਔਰ ਜਿਹੜੇ ਵੀ ਪੇਸ਼ੈਂਟਸ ਫਸਟ ਟ੍ਰਾਈਮੈਸਟਰ ਆਫ ਪ੍ਰੈਗਨੈਂਸੀ ਵਿੱਚ ਜਾਂ ਪਹਿਲੇ 3 ਮਹੀਨੇ ਆਫ ਪ੍ਰੈਗਨੈਂਸੀ ਵਿੱਚ ਸਪੋਟਿੰਗ ਦੇ ਸ਼ਿਕਾਰ ਹਨ ਉਹ ਇਸ ਵੀਡੀਓ ਨੂੰ ਦੇਖ ਕੇ ਥੋੜ੍ਹਾ ਸਮਝ ਸਕਣਗੇ ਕਿ ਅੱਗੇ ਕੀ ਕਰਨਾ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ।